ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਬਿੱਲ ਨੂੰ ਸਾਈਨ ਕੀਤਾ ਜੀ ਜਿਹਦੇ ਮੁਤਾਬਕ ਕੈਲੀਫੋਰਨੀਆ ਦੇ ਸਕੂਲਾਂ ਦੇ ਵਿੱਚ 2035 ਤੋਂ 100% ਇਲੈਕਟ੍ਰਿਕ ਬੱਸਾਂ ਚੱਲਣਗੀਆਂ। US ਦੇ ਵਿੱਚ ਇਲੈਕਟ੍ਰਿਕ ਬੱਸ ਦੀ ਅਡੋਪਸ਼ਨ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ। ਕਹਿੰਦੇ ਭਈ 2078 ਇਲੈਕਟ੍ਰਿਕ ਬੱਸਸ ਪੂਰੇ ਸਟੇਟਸ ਦੇ ਵਿੱਚ ਕਮਿਟ ਕੀਤੀਆਂ ਗਈਆਂ ਹੈਗੀਆਂ ਆ। ਅਸੈਂਬਲੀ ਬਿੱਲ 579 ਇਹ ਮੈਂਡੇਟ ਕਰੂਗਾ ਇਲੈਕਟ੍ਰਿਕ ਬੱਸਸ ਕਨੈਟੀਕਟ 'ਚ ਵੀ, ਮੈਰੀਲੈਂਡ 'ਚ ਵੀ, ਮੇਨ 'ਚ ਵੀ, ਨਿਊਯਾਰਕ ਦੇ ਵਿੱਚ ਵੀ। ਮਨੀ ਕਿੱਥੋਂ ਆਉਣਾ ਹੈ? ਕੈਲੀਫੋਰਨੀਆ ਐਸਟੀਮੇਟ ਕਰ ਰਿਹਾ ਵੀ $5 ਬਿਲੀਅਨ ਦੇ ਕਰੀਬ ਇਹ ਖਰਚਾ ਆਊਗਾ ਤੇ ਇਹਦੇ ਨਾਲ ਜ਼ੀਰੋ ਅਮਿਸ਼ਨ ਹੋਊਗੀ। ਵਰਲਡ ਰਿਸੋਰਸਿਸ ਇੰਸਟੀਚਿਊਟ ਨੇ ਇਹ ਰਿਪੋਰਟ ਕੀਤਾ ਵੀ 39% ਜੋ ਇਲੈਕਟ੍ਰਿਕ ਸਕੂਲ ਬੱਸਿਸ USA ਦੇ ਵਿੱਚ ਹੋਊਗੀਆਂ, ਉਹਨਾਂ ਦਾ ਮਨੀ ਜੋ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਦਾ ਕਲੀਨ ਸਕੂਲ ਬੱਸ ਰੀਵੇਟ ਪ੍ਰੋਗਰਾਮ ਆ ਉਹਦੇ ਵਿੱਚੋਂ ਆਊਗਾ। $900 ਬਿਲੀਅਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੂੰ ਜਿਹੜਾ ਦਿੱਤਾ ਸੀ EPA ਨੂੰ ਇਸ ਕੰਮ ਦੇ ਲਈ, ਤੇ 365 ਸਕੂਲ ਡਿਸਟ੍ਰਿਕਟ ਦਾ 2022 ਸਾਲ ਦੇ ਵਿੱਚ ਪੂਰੇ ਜੇ ਦੇਖੇ ਜਾਣ ਤੇ 49 ਸਟੇਟਸ ਨੇ ਓਪਟ ਇਨ ਕੀਤਾ ਹੈ। 1/3 ਉਹਦੇ ਵਿੱਚੋਂ ਸਾਊਥ 'ਚ ਆ, ਉਹ ਕਹਿੰਦੇ ਆ ਵੀ ਹਾਂ ਅਸੀਂ ਐਗਰੀ ਹੈਗੇ ਜੇ ਸਾਨੂੰ ਪੈਸੇ ਮਿਲਣੇ ਆ ਤੇ ਉਹਦੇ ਨਾਲ ਅਸੀਂ ਬੱਸਾਂ ਲਵਾਂਗੇ। ਸੋ ਇਹ ਇੱਕ ਹੁਣ ਨਵਾਂ ਜਿਹੜਾ ਬਿੱਲ ਸਾਈਨ ਕੀਤਾ ਗਿਆ ਆ। ਬਹੁਤ ਜਲਦੀ ਤੁਸੀਂ ਬੱਸਾਂ ਆਲਰੇਡੀ ਸਕੂਲ ਦੀਆਂ ਜੋ ਇਲੈਕਟ੍ਰਿਕ ਦੇਖੋਗੇ ਤੇ 2035 'ਚ 100% ਹੋ ਜਾਣਗੀਆਂ। ਜੀ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਬਿੱਲ ਨੂੰ ਸਾਈਨ ਕੀਤਾ ਜਿਹਦੇ ਮੁਤਾਬਕ ਕੈਲੀਫੋਰਨੀਆ ਦੇ ਸਕੂਲਾਂ ਦੇ ਵਿੱਚ 2035 ਤੋਂ 100% ਇਲੈਕਟ੍ਰਿਕ ਬੱਸਾਂ ਚੱਲਣਗੀਆਂ। US ਦੇ ਵਿੱਚ ਇਲੈਕਟ੍ਰਿਕ ਬੱਸ ਦੀ ਅਡੋਪਸ਼ਨ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ। ਕਹਿੰਦੇ ਭਈ 2078 ਇਲੈਕਟ੍ਰਿਕ ਬੱਸਸ ਪੂਰੇ ਸਟੇਟਸ ਦੇ ਵਿੱਚ ਕਮਿਟ ਕੀਤੀਆਂ ਗਈਆਂ ਹੈਗੀਆਂ ਆ। ਅਸੈਂਬਲੀ ਬਿੱਲ 579 ਇਹ ਮੈਂਡੇਟ ਕਰੂਗਾ ਇਲੈਕਟ੍ਰਿਕ ਬੱਸਿਸ ਕਨੈਟੀਕਟ 'ਚ ਵੀ, ਮੈਰੀਲੈਂਡ 'ਚ ਵੀ, ਮੇਨ 'ਚ ਵੀ, ਨਿਊਯਾਰਕ ਦੇ ਵਿੱਚ ਵੀ। ਮਨੀ ਕਿੱਥੋਂ ਆਉਣਾ ਹੈ? ਕੈਲੀਫੋਰਨੀਆ ਐਸਟੀਮੇਟ ਕਰ ਰਿਹਾ ਵੀ $5 ਬਿਲੀਅਨ ਦੇ ਕਰੀਬ ਇਹ ਖਰਚਾ ਆਊਗਾ ਤੇ ਇਹਦੇ ਨਾਲ ਜ਼ੀਰੋ ਅਮਿਸ਼ਨ ਹੋਊਗੀ। ਵਰਲਡ ਰਿਸੋਰਸਿਸ ਇੰਸਟੀਚਿਊਟ ਨੇ ਇਹ ਰਿਪੋਰਟ ਕੀਤਾ ਵੀ 39% ਜੋ ਇਲੈਕਟ੍ਰਿਕ ਸਕੂਲ ਬੱਸਿਸ USA ਦੇ ਵਿੱਚ ਹੋਊਗੀਆਂ, ਉਹਨਾਂ ਦਾ ਮਨੀ ਜੋ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਦਾ ਕਲੀਨ ਸਕੂਲ ਬੱਸ ਰੀਵੇਟ ਪ੍ਰੋਗਰਾਮ ਆ ਉਹਦੇ ਵਿੱਚੋਂ ਆਊਗਾ। $900 ਬਿਲੀਅਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੂੰ ਜਿਹੜਾ ਦਿੱਤਾ ਸੀ EPA ਨੂੰ ਇਸ ਕੰਮ ਦੇ ਲਈ, ਤੇ 365 ਸਕੂਲ ਡਿਸਟ੍ਰਿਕਟ ਦਾ 2022 ਸਾਲ ਦੇ ਵਿੱਚ ਪੂਰੇ ਜੇ ਦੇਖੇ ਜਾਣ ਤੇ 49 ਸਟੇਟਸ ਨੇ ਓਪਟ ਇਨ ਕੀਤਾ ਹੈ। 1/3 ਉਹਦੇ ਵਿੱਚੋਂ ਸਾਊਥ 'ਚ ਆ, ਉਹ ਕਹਿੰਦੇ ਆ ਵੀ ਹਾਂ ਅਸੀਂ ਐਗਰੀ ਹੈਗੇ ਜੇ ਸਾਨੂੰ ਪੈਸੇ ਮਿਲਣੇ ਆ ਤੇ ਉਹਦੇ ਨਾਲ ਅਸੀਂ ਬੱਸਾਂ ਲਵਾਂਗੇ। ਸੋ ਇਹ ਇੱਕ ਹੁਣ ਨਵਾਂ ਜਿਹੜਾ ਬਿੱਲ ਸਾਈਨ ਕੀਤਾ ਗਿਆ ਆ। ਬਹੁਤ ਜਲਦੀ ਤੁਸੀਂ ਬੱਸਾਂ ਆਲਰੇਡੀ ਸਕੂਲ ਦੀਆਂ ਜੋ ਇਲੈਕਟ੍ਰਿਕ ਦੇਖੋਗੇ ਤੇ 2035 'ਚ 100% ਹੋ ਜਾਣਗੀਆਂ। ਜੀ,